ਹਰ ਵਕਤ ਸਰੀਰ ਨਿਟਾਲ ਜਿਹਾ ਰਹਿੰਦਾ, ਗਿਰਿਆ ਰਹਿੰਦਾ ਔਰ ਉੱਠਣ ਨੂੰ ਜੀ ਨਹੀਂ ਕਰਦਾ। ਕੰਮ ਸਾਰੇ ਪਏ ਨੇ ਘਰ ਦੇ, ਕਰਨ ਨੂੰ ਐਂ ਲੱਗਦਾ ਵੀ ਹੁਣੇ ਕਰਦਾ ਸਾਰੇ, ਪਰ ਕਰਨ ਨੂੰ ਜੀ ਨਹੀਂ ਕਰਦਾ। ਫਿਰ ਉਹਦੀ ਜਿਹੜੀ ਨੋਰਮਲ ਬੋਲੀ ਆ ਉਹ 'ਚੋਂ ਕਹਿੰਦੀ ਹੈ, ਜੈਖਣੀ ਦਾ ਸਰੀਰ ਹੀ ਨਹੀਂ ਸਾਥ ਦੇ ਰਿਹਾ, ਮੇਰਾ ਜੀ ਤਾਂ ਬਹੁਤ ਕਰਦਾ। ਔਰ ਤੁਸੀਂ ਘਰੇ ਵੀ ਕਰ ਸਕਦੇ ਹੋ, ਜੇ ਤੁਸੀਂ ਹਲਦੀ ਵਾਲਾ ਦੁੱਧ ਪੀਓ, ਜਿਹੜੀ ਰਸੋਈ 'ਚ ਆਪਣੇ ਹਲਦੀ ਆ, ਸੌਂਫ, ਜੀਰਾ ਅਤੇ ਅਜਵੈਣ, ਇਹਨੂੰ ਤਵੇ 'ਤੇ ਰੋਸਟ ਕਰਕੇ ਇਹਦਾ ਪਾਊਡਰ ਬਣਾ ਕੇ ਰੱਖੋ। ਉਹ ਜਿਹੜਾ ਪਾਊਡਰ ਹੈ ਉਹ ਤੁਹਾਨੂੰ ਮਤਲਬ ਕਿ ਪਾਚਨ ਕਿਰਿਆ ਨੂੰ ਠੀਕ ਕਰੂਗਾ, ਨਾਭੀ ਤੰਤਰ ਨੂੰ ਠੀਕ ਕਰੂਗਾ। ਉਹਦੇ ਨਾਲ ਕੀ ਹੁੰਦਾ, ਸਰੀਰ ਹਲਕਾ ਰਹੂਗਾ, ਸਰੀਰ ਹਲਕਾ ਰਹੂਗਾ ਤਾਂ ਕੰਮ ਕਰਨ ਨੂੰ ਵੀ ਜੀ ਕਰਦਾ। ਉਹਨਾਂ ਦੇ ਸਰੀਰ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਸਿਮਟਮ ਆਉਂਦੇ ਆ ਕਿ ਉਹਨਾਂ ਆਪਣੇ ਹਸਬੈਂਡ ਦੇ ਨਾਲ ਰੋਮੈਂਟਿਕ ਨਹੀਂ ਹੋ ਪਾਉਂਦੇ। ਇਹ ਵੀ ਇੱਕ ਲਾਈਫ ਦਾ ਬਹੁਤ ਬੜਾ ਪਾਰਟ ਹੈ, ਤੁਸੀਂ ਯਕੀਨ ਕਰੋ ਉਹਦੇ ਵਾਸਤੇ ਤੁਹਾਡੇ ਆਪਣੇ ਘਰ ਬਹੁਤ ਕੁਛ ਹੈ ਰਸੋਈ ਦੇ ਵਿੱਚ। 40 ਤੋਂ ਵੱਧ ਜਿਹੜੀ ਉਮਰ ਹੋ ਜਾਂਦੀ ਆ ਮਾਤਾ ਭੈਣਾਂ ਦੀ, 45 ਤੋਂ ਵੱਧ ਹੋ ਜਾਂਦੀ ਆ, ਕਈਆਂ ਦੀ 50, ਜਦੋਂ ਮੀਨੋਪੌਜ਼ ਹੁੰਦਾ, ਜਦੋਂ ਤੁਹਾਡੇ ਮੈਂਸਿਸ ਪੀਰੀਅਡ ਬੰਦ ਹੁੰਦੇ ਆ, ਉਸ ਤੋਂ ਬਾਅਦ ਹੌਟ ਫਲੱਸ਼ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਜਿਵੇਂ ਮਤਲਬ ਇੰਨੀ ਗਰਮੀ ਲੱਗਦੀ ਆ ਕੁਛ ਟਾਈਮ ਵਾਸਤੇ, ਏਸੀ ਲਾਓ, ਠੰਡੀ ਬਰਫ਼ ਖਿਲਾਓ, ਤਾਂ ਕਿਤੇ ਜਾ ਕੇ 5-7 ਮਿੰਟ 'ਚ ਬਾਡੀ ਸੈੱਟ ਹੁੰਦੀ ਹੈ ਨਾ, ਅਤੇ ਉਹ ਇੱਕ ਮੀਨੋਪੌਜ਼ ਤੋਂ ਬਾਅਦ ਹੌਟ ਫਲੱਸ਼ ਦੀ ਪ੍ਰੋਬਲਮ। ਅੱਜ ਦਾ ਜਿਹੜਾ ਐਪੀਸੋਡ ਹੈ ਇਹ ਸਪੈਸ਼ਲ ਉਹਨਾਂ ਭੈਣਾਂ ਵਾਸਤੇ, ਉਹਨਾਂ ਮਾਤਾ ਭੈਣਾਂ ਵਾਸਤੇ ਹੈ ਜਿਹੜੀਆਂ ਆਪਣੀ ਬਿਮਾਰੀ ਨੂੰ ਕਿਤੇ ਡਿਸਕਸ ਨਹੀਂ ਕਰ ਪਾਉਂਦੀਆਂ। ਬਹੁਤ ਸਾਰੀਆਂ ਘਰੇਲੂ ਚੀਜ਼ਾਂ ਵੀ ਦੱਸਾਂਗੇ ਜਿਹੜੀਆਂ ਆਪਾਂ ਆਪਣੀ ਰਸੋਈ ਘਰ ਦੇ ਵਿੱਚ ਖੁਦ ਵੀ ਬਣਾ ਕੇ ਲੈ ਸਕਦੇ ਹਾਂ, ਅਤੇ ਬਹੁਤ ਸਾਰੀਆਂ ਦਵਾਈਆਂ ਬਾਰੇ ਜਾਣਕਾਰੀ ਦੇਵਾਂਗੇ। ਕਿਉਂਕਿ ਜੇ ਅੱਜ ਦੇ ਪ੍ਰੋਗਰਾਮ ਨੂੰ ਕਿਹਾ ਜਾਵੇ ਕਿ ਭੈਣਾਂ ਦਾ ਐਪੀਸੋਡ ਹੈ ਤਾਂ ਵੀ ਕੋਈ ਦੋ ਰਾਏ ਨਹੀਂ। ਹਰ ਘਰ ਦੇ ਵਿੱਚ ਫੀਮੇਲਸ ਕਰਦੀਆਂ ਨੇ ਢੇਰ ਸਾਰਾ ਕੰਮ, ਤਾਂ ਉਹ ਭਾਵੇਂ ਵਰਕਿੰਗ ਵੂਮੈਨ ਹੋਵੇ ਚਾਹੇ ਹਾਊਸਵਾਈਫ ਹੋਵੇ, ਘਰ ਦੇ ਵਿੱਚ ਹੀ ਰਹਿੰਦੇ ਹੋਣ, ਪਰ ਕੰਮ ਹੁੰਦੇ ਨੇ ਬਹੁਤ ਹੀ ਸਾਰੇ। ਪਰ ਵੱਧਦੀ ਉਮਰ ਦੇ ਨਾਲ ਨਾਲ ਕਈ ਵਾਰੀ ਸਰੀਰ ਦੇ ਵਿੱਚ ਓਨੀ ਜਾਨ ਨਹੀਂ ਮਹਿਸੂਸ ਹੋ ਰਹੀ ਹੁੰਦੀ, ਪਰ ਕੰਮ ਤਾਂ ਉਵੇਂ ਦੇ ਉਵੇਂ ਹੀ ਖੜ੍ਹੇ ਹੁੰਦੇ ਨੇ, ਤਾਂ ਫਿਰ ਕੀਤਾ ਕੀ ਜਾਏ? ਕਰਨਾ ਇਹ ਹੁੰਦਾ ਕਿ ਅਸੀਂ ਆਪਣੀ ਡਾਇਟ ਦੇ ਉੱਪਰ ਫੋਕਸ ਕਰੀਏ, ਕਿਉਂਕਿ ਇੱਕ ਫੀਮੇਲ ਦੀ ਲਾਈਫ ਦੇ ਵਿੱਚ ਢੇਰ ਸਾਰੇ ਪੜਾਅ ਆਉਂਦੇ ਨੇ ਜਿਸ ਦੇ ਨਾਲ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਨੇ, ਅਤੇ ਇਹਨਾਂ ਬਦਲਾਅ ਦੇ ਨਾਲ ਨਾਲ ਸਾਨੂੰ ਆਪਣੀ ਡਾਇਟ ਬਹੁਤ ਵਧੀਆ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਮੰਥਲੀ ਸਰਕਲ ਦੀ ਗੱਲ ਕਰੀਏ, ਪੀਰੀਅਡਸ ਹੁੰਦੇ ਨੇ ਤਾਂ ਆਇਰਨ ਡੈਫੀਸ਼ੈਂਸੀ ਹੁੰਦੀ ਹੈ, ਆਇਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਸ ਵੇਲੇ। ਸੋ ਅਗਰ ਅਸੀਂ ਹਰ ਸਮੇਂ ਦੇ ਨਾਲ ਨਾਲ ਆਪਣੀ ਜਿਹੜੀ ਡਾਇਟ ਹੈ ਉਸਨੂੰ ਸਹੀ ਨਹੀਂ ਕਰਦੇ, ਖਾਣ ਪੀਣ ਦੀਆਂ ਸਹੀ ਆਦਤਾਂ ਨਹੀਂ ਪਾਉਂਦੇ, ਤਾਂ ਹੌਲੀ ਹੌਲੀ ਹੁੰਦਾ ਕੀ ਹੈ, ਹੁੰਦਾ ਇਹ ਹੈ ਕਿ ਸਾਡਾ ਸਰੀਰ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਜਾਂਦਾ, ਕੋਈ ਕੰਮ ਕਰਨ ਦੀ ਜੋ ਹੈ ਤਾਕਤ ਨਹੀਂ ਰਹਿੰਦੀ, ਕੰਮ ਤਾਂ ਕਰਨੇ ਹੀ ਪੈਂਦੇ ਨੇ, ਫਿਰ ਅਸੀਂ ਖਿੱਚ ਧੂ ਕਰਦੇ ਹਾਂ ਆਪਣੇ ਸਰੀਰ ਦੇ ਨਾਲ, ਮਨ ਨਹੀਂ ਕਰ ਰਿਹਾ, ਸਰੀਰ ਅਲਾਓ ਵੀ ਨਹੀਂ ਕਰ ਰਿਹਾ, ਫਿਰ ਵੀ ਅਸੀਂ ਧੱਕੇ ਨਾਲ ਕੰਮ ਕਰਦੇ ਹਾਂ, ਅਤੇ ਉਸਦਾ ਰਿਜ਼ਲਟ ਕੀ ਹੁੰਦਾ, ਸਰੀਰ ਨੂੰ ਲੱਗ ਜਾਂਦੀਆਂ ਨੇ ਢੇਰ ਸਾਰੀਆਂ ਬਿਮਾਰੀਆਂ, ਕਈ ਤਰ੍ਹਾਂ ਦੀ ਡੈਫੀਸ਼ੈਂਸੀ ਸਾਡੀ ਬੋਡੀ ਦੇ ਵਿੱਚ ਹੋ ਜਾਂਦੀ ਹੈ। ਸੋ ਅੱਜ ਇਹ ਵੀਡੀਓ ਇਸੇ ਕਰਕੇ ਅਸੀਂ ਸਪੈਸ਼ਲੀ ਫੀਮੇਲਸ ਉੱਪਰ ਬਣਾ ਰਹੇ ਹਾਂ, ਭਾਵੇਂ ਸਾਡੇ ਘਰ ਦੀਆਂ ਮਾਵਾਂ ਨੇ, ਭੈਣਾਂ ਨੇ, ਹਰ ਉਮਰ ਦੀ ਫੀਮੇਲ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਆਪਣੀ ਡਾਇਟ ਵਿੱਚ ਚੇਂਜਸ ਕਰੋ। ਪਹਿਲਾਂ ਤਾਂ ਆਪਣੇ ਘਰ ਦੇ ਖਾਣੇ ਦੇ ਉੱਪਰ ਫੋਕਸ ਕਰੋ, ਫਾਈਬਰ ਖਾਓ, ਸਲਾਦ ਖਾਓ, ਫਰੂਟਸ ਖਾਓ, ਪ੍ਰੋਪਰ ਖਾਣਾ ਖਾਓ, ਔਰ ਖਾਣੇ ਦੇ ਵਿੱਚ ਵੀ ਫੋਕਸ ਕਰੋ, ਹਰੀਆਂ ਸਬਜ਼ੀਆਂ, ਪੱਤੇਦਾਰ ਸਬਜ਼ੀਆਂ ਜ਼ਰੂਰ ਹੋਣ ਤੁਹਾਡੀ ਡਾਇਟ ਦੇ ਵਿੱਚ, ਪਰ ਉਸਦੇ ਨਾਲ ਨਾਲ ਹੋਰ ਕੀ ਕੁਛ ਤੁਸੀਂ ਐਡ ਕਰਨਾ ਤਾਂ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ, ਅਤੇ ਉਸ ਤੋਂ ਬਾਅਦ ਆਪਣੇ ਘਰਦਿਆਂ ਦਾ ਵੀ ਚੰਗੇ ਹੋਰ ਚੰਗੇ ਢੰਗ ਦੇ ਨਾਲ ਧਿਆਨ ਰੱਖ ਸਕੋ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਅਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ, ਔਰ ਅੱਜ
ਇੱਕ ਖਾਸ ਵੀਡੀਓ ਫੀਮੇਲਸ ਦੇ ਉੱਪਰ ਔਰ ਖਾਸ ਕਈ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ MD ਮਿਸਟਰ ਸੁਭਾਸ਼ ਗੋਇਲ ਜੀ। ਸਵਾਗਤ ਹੈ ਜੀ ਸਾਰਿਆਂ ਦਾ। ਔਰ ਸ਼ੁਰੂ ਵਿੱਚ ਹੀ ਕਹਿ ਦੇਵਾਂ ਕਿ ਜਿੰਨੇ ਵੀ ਲੋਕ ਤੁਸੀਂ ਜਿੰਨੇ ਵੀ ਸਾਡੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ, ਜ਼ਰੂਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨ, ਚਾਹੇ ਕਿ ਤੁਹਾਡੇ ਮਦਰ ਨੇ, ਚਾਹੇ ਤੁਹਾਡੀ ਸਿਸਟਰ ਹੈ, ਚਾਹੇ ਤੁਹਾਡੀ ਵਾਈਫ ਹੈ, ਚਾਹੇ ਕੋਈ ਸਹੇਲੀ ਹੈ। ਤਾਂ ਫੀਮੇਲ ਜੋ ਹੈ ਆਪਣੇ ਅਸੀਂ ਇੱਕ ਦੂਸਰੇ ਨਾਲ ਕਈ ਢੇਰ ਸਾਰੀਆਂ ਗੱਲਾਂ ਤਾਂ ਹੋਰ ਜ਼ਰੂਰ ਸਾਂਝੀਆਂ ਕਰਦੇ ਹਾਂ, ਫਲਾਣੇ ਨੇ ਕੀ ਕਹਿਤਾ ਜਾਂ ਫਲਾਣੇ 'ਤੇ ਕਿਹੜੀ ਗੱਲ ਦਾ ਗੁੱਸਾ ਲੱਗ ਗਿਆ। ਤਾਂ ਇਹ ਵੀਡੀਓ ਵੀ ਜ਼ਰੂਰ ਸ਼ੇਅਰ ਕਰੋ ਤਾਂ ਕਿ ਹਰ ਇੱਕ ਫੀਮੇਲ, ਹਰ ਇੱਕ ਲੇਡੀ, ਚਾਹੇ ਉਹ ਛੋਟੀ ਉਮਰ ਦੀ ਬੱਚੀ ਹੈ, ਚਾਹੇ ਕੋਈ ਵੱਡੀ ਉਮਰ ਦੇ ਸਾਡੇ ਬਜ਼ੁਰਗ ਹੋਣ, ਉਹ ਇਹਨਾਂ ਚੀਜ਼ਾਂ ਨੂੰ ਸਮਝ ਸਕਣ ਅਤੇ ਆਪਣੀ ਡਾਇਟ 'ਤੇ ਫੋਕਸ ਕਰਨ ਅਤੇ ਖੁਦ ਨੂੰ ਸਿਹਤਮੰਦ ਰੱਖਣ। ਚਲੋ ਜੀ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ। ਅੱਜ ਦਾ ਜਿਹੜਾ ਐਪੀਸੋਡ ਹੈ ਇਹ ਸਪੈਸ਼ਲ ਉਹਨਾਂ ਭੈਣਾਂ ਵਾਸਤੇ, ਉਹਨਾਂ ਮਾਤਾ ਭੈਣਾਂ ਵਾਸਤੇ ਹੈ ਜਿਹੜੀਆਂ ਆਪਣੀ ਬਿਮਾਰੀ ਨੂੰ ਕਿਤੇ ਡਿਸਕਸ ਨਹੀਂ ਕਰ ਪਾਉਂਦੀਆਂ। ਬਹੁਤ ਸਾਰੀਆਂ ਘਰੇਲੂ ਚੀਜ਼ਾਂ ਵੀ ਦੱਸਾਂਗੇ ਜਿਹੜੀਆਂ ਆਪਾਂ ਆਪਣੀ ਰਸੋਈ ਘਰ ਦੇ ਵਿੱਚ ਖੁਦ ਵੀ ਬਣਾ ਕੇ ਲੈ ਸਕਦੇ ਹਾਂ, ਅਤੇ ਬਹੁਤ ਸਾਰੀਆਂ ਦਵਾਈਆਂ ਬਾਰੇ ਜਾਣਕਾਰੀ ਦੇਵਾਂਗੇ। ਕਿਉਂਕਿ ਜੇ ਅੱਜ ਦੇ ਪ੍ਰੋਗਰਾਮ ਨੂੰ ਕਿਹਾ ਜਾਵੇ ਕਿ ਭੈਣਾਂ ਦਾ ਐਪੀਸੋਡ ਹੈ ਤਾਂ ਵੀ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਅੱਜ ਸਿਰਫ ਮੈਂ ਆਪਣੀਆਂ ਉਹਨਾਂ ਮਾਤਾ ਭੈਣਾਂ ਲਈ ਪ੍ਰੋਗਰਾਮ ਕਰ ਰਿਹਾ ਜਿਨ੍ਹਾਂ ਨੂੰ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਹੈਗੀ ਆ ਕਿ ਬਾਡੀ ਦੇ ਅੰਦਰ ਐਂ ਨਹੀਂ ਪਤਾ ਲੱਗਦਾ ਹੋਇਆ ਕੀ ਆ, ਹਰ ਵਕਤ ਸਰੀਰ ਨਿਟਾਲ ਜਿਹਾ ਰਹਿੰਦਾ, ਗਿਰਿਆ ਰਹਿੰਦਾ ਔਰ ਉੱਠਣ ਨੂੰ ਜੀ ਨਹੀਂ ਕਰਦਾ, ਕੰਮ ਸਾਰੇ ਪਏ ਨੇ ਘਰ ਦੇ, ਕਰਨ ਨੂੰ ਐਂ ਲੱਗਦਾ ਵੀ ਹੁਣੇ ਕਰਦਾ ਸਾਰੇ ਪਰ ਕਰਨ ਨੂੰ ਜੀ ਨਹੀਂ ਕਰਦਾ, ਰਾਤ ਨੂੰ ਸੋਚ ਕੇ ਪੈਂਦੀ ਆ, ਤੜਕੇ ਉੱਠ ਕੇ ਸਾਰੇ ਕੰਮ ਕਰ ਦੇਣੇ ਆ, ਤੜਕੇ ਉੱਠੇ ਨਹੀਂ ਜਾਂਦਾ, ਫਿਰ ਉਹਦੀ ਜਿਹੜੀ ਨੋਰਮਲ ਬੋਲੀ ਆ ਉਹ 'ਚੋਂ ਕਹਿੰਦੀ ਹੈ ਜੈ ਖਾਣੀ ਦਾ ਸਰੀਰ ਹੀ ਨਹੀਂ ਸਾਥ ਦੇ ਰਿਹਾ, ਮੇਰਾ ਜੀ ਤਾਂ ਬਹੁਤ ਕਰਦਾ। ਉਹ ਕੀ ਆ, ਉਹ ਸਾਡੇ ਸਰੀਰ ਦੇ ਵਿੱਚ ਟੈਂਪਰੇਚਰ, ਬਾਡੀ ਦਾ ਟੈਂਪਰੇਚਰ, ਇਹ ਕਦੇ ਲੋ ਹੈ ਕਦੇ ਅਪ ਹੈ, ਕਈ ਲੋਕਾਂ ਨੂੰ ਵਾਰ ਵਾਰ ਬੁਖਾਰ ਹੋਈ ਜਾਂਦਾ, ਕਈਆਂ ਦਾ ਲੋ ਹੋ ਜਾਂਦਾ, ਸਰੀਰ ਕੰਮ ਨਹੀਂ ਕਰਦਾ, ਥੱਕਿਆ ਰਹਿੰਦਾ, ਉਹਨਾਂ ਵਾਸਤੇ ਬਹੁਤ ਹੀ ਗੁੱਡ ਚੀਜ਼ ਆਪਣੇ ਵੈਦ ਜੀ ਨੇ ਬਣਾਈ ਆ। ਔਰ ਤੁਸੀਂ ਘਰੇ ਵੀ ਕਰ ਸਕਦੇ ਹੋ, ਜੇ ਤੁਸੀਂ ਹਲਦੀ ਵਾਲਾ ਦੁੱਧ ਪੀਓ, ਜਿਹੜੀ ਰਸੋਈ 'ਚ ਆਪਣੇ ਹਲਦੀ ਆ, ਸੌਂਫ, ਜੀਰਾ ਅਤੇ ਅਜਵੈਣ, ਇਹਨੂੰ ਤਵੇ 'ਤੇ ਰੋਸਟ ਕਰਕੇ ਇਹਦਾ ਪਾਊਡਰ ਬਣਾ ਕੇ ਰੱਖੋ, ਉਹ ਜਿਹੜਾ ਪਾਊਡਰ ਹੈ ਉਹ ਤੁਹਾਨੂੰ ਮਤਲਬ ਕਿ ਪਾਚਨ ਕਿਰਿਆ ਨੂੰ ਠੀਕ ਕਰੂਗਾ, ਨਾਭੀ ਤੰਤਰ ਨੂੰ ਠੀਕ ਕਰੂਗਾ, ਉਹਦੇ ਨਾਲ ਕੀ ਹੁੰਦਾ ਸਰੀਰ ਹਲਕਾ ਰਹੂਗਾ, ਸਰੀਰ ਹਲਕਾ ਰਹੂਗਾ ਤਾਂ ਕੰਮ ਕਰਨ ਨੂੰ ਵੀ ਜੀ ਕਰਦਾ। ਲੇਕਿਨ ਇੱਕ ਹੋਰ ਚੀਜ਼ ਉਹਦੇ ਵਾਸਤੇ ਜ਼ਰੂਰੀ ਹੈ, ਐਨਰਜੀ ਡਰਿੰਕ। ਐਨਰਜੀ ਡਰਿੰਕ ਜਿਹੜਾ ਹੈਗਾ ਉਹ ਆਯੁਰਵੈਦਿਕ ਸਿਸਟਮ ਦੇ ਵਿੱਚ ਸਭ ਤੋਂ ਬੈਸਟ ਹੈ, ਰੈੱਡ ਬੁਲਬੁਲ, ਇਹਦਾ ਨਾਂ ਰੱਖਿਆ ਗਿਆ ਐਨਰਜੀ ਡਰਿੰਕ, ਰੈੱਡ ਬੁਲਬੁਲ ਐਨਰਜੀ ਡਰਿੰਕ, ਇਹਨੂੰ ਗੂਗਲ ਸਰਚ ਕਰੋਗੇ ਤੁਹਾਨੂੰ ਮਿਲ ਜੂਗਾ। ਇਹ ਫੋਰ ਲੇਡੀਜ਼ ਆ, ਜਿੰਨੇ ਵੀ ਫੀਮੇਲਸ ਆ, ਚਾਹੇ ਉਹ 16 ਸਾਲ ਦੇ ਆ, ਚਾਹੇ ਉਹ 60 ਸਾਲ ਦੇ ਆ, ਚਾਹੇ ਉਹ 80 ਸਾਲ ਦੇ ਆ, ਸਾਰਿਆਂ ਲਈ ਬੈਸਟ ਇਹ ਪ੍ਰੋਡਕਟ ਆ। ਖਾਸ ਕਰ ਯੁਵਾ ਆਜੂ ਦੇ ਵਿੱਚ ਜਦੋਂ ਕਹਿ ਲਓ ਕਿ ਉਹ 30-35 ਸਾਲ ਦੀ ਉਮਰ ਦੇ ਵਿੱਚ ਆ ਗਏ ਤਾਂ ਉਹ ਇੱਕ ਨਾ ਯੁਵਾ ਦੀ ਆ ਨਾ ਅਧੇੜ ਦੀ ਉਮਰ ਆ, ਉਹ ਵਿੱਚ ਵਾਲੀ ਜਿਹੜੀ ਉਮਰ ਹੁੰਦੀ ਆ ਉਦੋਂ ਬੱਚੇ ਵੀ ਪੈਦਾ ਹੁੰਦੇ ਆ, ਘਰ ਦੇ ਕੰਮ ਵੀ ਆ, ਲਾਈਫ ਵੀ ਚੇਂਜ ਹੁੰਦੀ ਆ, ਪੇਕਿਆਂ ਤੋਂ ਸਹੁਰੇ ਆ ਜਾਂਦੇ ਆ ਸਾਡੀਆਂ ਮਾਤਾ ਭੈਣਾਂ, ਤਾਂ ਬੜੀ ਲਾਈਫ 'ਚ ਚੇਂਜ ਆਉਂਦੀ ਆ, ਤਾਂ ਉਹ ਇੱਕ ਬਾਡੀ ਦਾ ਜਿਹੜਾ ਲੈਵਲ ਆ ਉਹ ਕਈ ਵਾਰੀ ਐਨਰਜੀ ਲੋ ਲੈਵਲ ਆ ਤਾਂ ਉਹਦੇ ਵਾਸਤੇ ਇਹ ਜਿਹੜਾ ਰੈੱਡ ਬੁਲਬੁਲ ਐਨਰਜੀ ਡਰਿੰਕ ਆ ਇਹਨੂੰ ਹਮੇਸ਼ਾ ਆਪਣੇ ਘਰ ਰੱਖੋ, ਇਹਦੇ 2 ਚਮਚ ਸੁਬਹਾ ਦੁਪਹਿਰ ਸ਼ਾਮ ਲਿਆ ਕਰੋ ਤਾਂ ਕਿ ਆਪਾਂ ਨੂੰ ਬਾਡੀ 'ਚ ਐਨਰਜੀ ਬਣੀ ਰਹੇ। ਔਰ ਦੂਸਰਾ, ਜਿਹੜੇ 30-35 ਸਾਲ ਤੋਂ ਉੱਪਰ ਚਲੀ ਜਾਂਦੀਆਂ ਨੇ ਸਾਡੀਆਂ ਮਾਤਾ ਭੈਣਾਂ, ਉਹਨਾਂ ਦੇ ਸਰੀਰ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਸਿਮਟਮ ਆਉਂਦੇ ਆ ਕਿ ਉਹਦਾ ਆਪਣੇ ਹਸਬੈਂਡ ਦੇ ਨਾਲ ਰੋਮੈਂਟਿਕ ਨਹੀਂ ਹੋ ਪਾਉਂਦੇ। ਇਹ ਵੀ ਇੱਕ ਲਾਈਫ ਦਾ ਬਹੁਤ ਬੜਾ ਪਾਰਟ ਹੈ ਕਿ
ਜ਼ਿੰਦਗੀ ਡਿਸਟਰਬ ਹੋ ਜਾਂਦੀ ਹੈ, ਕਿਉਂਕਿ ਹੱਸਣਾ, ਖੇਡਣਾ, ਖੁਸ਼ ਰਹਿਣਾ, ਮੂਡ ਵਧੀਆ ਰਹਿਣਾ, ਇਹ ਬਹੁਤ ਜ਼ਰੂਰੀ ਆ। ਤੁਸੀਂ ਯਕੀਨ ਕਰੋ, ਉਹਦੇ ਵਾਸਤੇ ਤੁਹਾਡੇ ਆਪਣੇ ਘਰ ਬਹੁਤ ਕੁਛ ਹੈ ਰਸੋਈ ਦੇ ਵਿੱਚ, ਕਰ ਸਕਦੇ ਹਾਂ ਆਪਾਂ, ਪਰ ਕਰਦੇ ਨਹੀਂ, ਹੈ ਨਾ। ਅਤੇ ਉਹਦੇ ਲਈ ਤੁਸੀਂ ਕੀ ਕਰਨਾ, ਜਿਵੇਂ ਮੰਨ ਲਓ 5 ਬਦਾਮ, 5 ਕਿਸ਼ਮਿਸ਼, 1 ਅਖਰੋਟ ਔਰ 1 ਅੰਜੀਰ, ਇਹਨੂੰ ਰਾਤੀ ਪਾਣੀ 'ਚ ਭਿਉਂ ਦਿਉ, ਸਵੇਰੇ ਉੱਠ ਕੇ ਪਾਣੀ ਡੋਲ ਦਿਉ। ਇਹ ਸਾਰੀਆਂ ਚੀਜ਼ਾਂ ਆਪਾਂ ਖਾਲੀ ਪੇਟ ਖਾਣੀਆਂ, ਬਸ ਇਹ 'ਚ ਜਿਹੜਾ ਬਦਾਮ ਹੈ ਉਹ ਛਿੱਲ ਕੇ ਖਾਣਾ, ਉਹ ਸਣੇ ਛਿਲਕਾ ਨਹੀਂ ਖਾਣਾ, ਛਿਲਕਾ ਉਤਾਰ ਕੇ ਖਾਓ। ਤੁਸੀਂ ਦੇਖੋਗੇ ਵੀ ਦਿਨਾਂ ਦੇ ਵਿੱਚ ਸਰੀਰ 'ਚ ਐਨਰਜੀ ਆ ਰਹੀ ਹੈ, ਮੂਡ ਵਧੀਆ ਰਹਿਣ ਲੱਗ ਗਿਆ, ਤਬੀਅਤ ਖੁਸ਼ ਰਹਿਣ ਲੱਗ ਗਈ। ਇਹ ਇੱਕ ਘਰੇਲੂ ਚੀਜ਼ਾਂ ਨੇ, ਸਾਡੇ ਵੈਦ ਜੀ ਨੇ ਉਹਦੇ ਲਈ ਬਣਾਇਆ ਮੁਟਿਆਰ ਪਾਊਡਰ। ਅੱਛਾ, ਨਾਮ ਅਸੀਂ ਇੱਦਾਂ ਹੀ ਰੱਖਦੇ ਹਾਂ ਤਾਂ ਕਿ ਸਾਡੇ ਪਰਿਵਾਰ ਦੀ ਤਰ੍ਹਾਂ ਨਾਮ ਹੁੰਦੇ ਆ। ਮੁਟਿਆਰ ਮਤਲਬ ਇਹ ਇੱਕ ਡੱਬੀ ਆ, ਐਡੀ ਕੁ ਡੱਬੀ ਆ, ਮਹੀਨਾ ਚੱਲ ਜਾਂਦੀ ਆ, ਕਿਸੇ ਦੀ ਵੱਧ ਵੀ ਚੱਲ ਜਾਂਦੀ ਹੈ। ਇਹਦਾ 1 ਚਮਚ ਅਗਰ ਡੇਲੀ ਲੈਣ ਲੱਗ ਜਾਓ ਤੁਸੀਂ, ਤਾਂ ਸਰੀਰ 'ਚ ਜਿੰਨੀ ਥਕਾਵਟ ਹੈ, ਜਿੰਨੀ ਸੁਸਤੀ ਹੈ, ਜਿੰਨਾ ਸਰੀਰ ਦੀਆਂ ਨਸਾਂ ਦੇ ਵਿੱਚ ਵੀਕਨੈਸ ਆ, ਜਿੰਨੀ ਅੱਖਾਂ ਦੇ ਵਿੱਚ ਥਕਾਵਟ ਰਹਿੰਦੀ ਆ, ਦਿਮਾਗ ਦੇ ਵਿੱਚ ਥਕਾਵਟ ਰਹਿੰਦੀ ਆ, ਜਿਵੇਂ ਹੁਣ ਦਿਮਾਗ ਤੋਂ ਯਾਦ ਆਇਆ, ਇਹ ਸਾਰੀਆਂ ਚੀਜ਼ਾਂ 'ਚ ਫਾਇਦਾ ਕਰਦਾ ਮੁਟਿਆਰ ਪਾਊਡਰ। ਤੁਹਾਡੇ ਵੀਰਜ ਔਰ ਬਲੱਡ ਦੀ ਕੁਆਲਿਟੀ ਵਧੀਆ ਕਰ ਦਿੰਦਾ। ਹਰ ਮਾਤਾ ਭੈਣ ਦੇ ਸਰੀਰ ਦੇ ਵਿੱਚ ਜਿਹੜਾ ਵੀਰਜ ਹੈ, ਬਲੱਡ ਹੈ, ਉਹਦੀ ਕੁਆਲਿਟੀ ਬਹੁਤ ਬੈਸਟ ਹੋ ਜਾਂਦੀ ਹੈ। ਅਤੇ ਫਿਰ ਉਸ ਤੋਂ ਬਾਅਦ ਦਿਮਾਗ ਦੀ ਗੱਲ ਕਰ ਲੈਂਦੇ ਹਾਂ। 40 ਤੋਂ ਵੱਧ ਜਿਹੜੀ ਉਮਰ ਹੋ ਜਾਂਦੀ ਆ ਮਾਤਾ ਭੈਣਾਂ ਦੀ, 45 ਤੋਂ ਵੱਧ ਹੋ ਜਾਂਦੀ ਆ, ਕਈਆਂ ਦੀ 50, ਜਦੋਂ ਮੀਨੋਪੌਜ਼ ਹੁੰਦਾ, ਜਦੋਂ ਤੁਹਾਡੇ ਮੈਂਸਿਸ ਪੀਰੀਅਡ ਬੰਦ ਹੁੰਦੇ ਆ, ਉਸ ਤੋਂ ਬਾਅਦ ਸਾਨੂੰ ਇੱਕ ਚੀਜ਼ ਤੋਂ ਤਾਂ ਨਿਜਾਤ ਮਿਲ ਜਾਂਦੀ ਆ ਵੀ ਜਿਹੜਾ ਹਰ ਮਹੀਨੇ ਦਾ ਉਹ ਪ੍ਰੋਬਲਮ ਹੁੰਦਾ, ਸਾਨੂੰ ਐਂ ਲੱਗਦਾ ਵੀ ਹੁਣ ਇਹ ਤਾਂ ਚਲੋ ਖਤਮ ਹੋਇਆ, ਇੱਕ ਝੰਝਟ ਮੁੱਕਿਆ। ਐਂ ਕਹਿੰਦੇ ਨੇ ਸਾਡੀਆਂ ਭੈਣਾਂ ਮੈਨੂੰ ਆ ਕੇ ਵੀ ਵੀਰੇ ਉਹ ਤਾਂ ਕਿੰਨੀ ਦੇਰ ਦਾ ਖਤਮ ਹੋ ਗਿਆ ਹੁਣ। ਪਰ ਹੌਟ ਫਲੱਸ਼ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਤਲਬ ਇੰਨੀ ਗਰਮੀ ਲੱਗਦੀ ਆ, ਕੁਛ ਟਾਈਮ ਵਾਸਤੇ ਏਸੀ ਲਾਓ, ਠੰਡੀ ਬਰਫ਼ ਖਿਲਾਓ, ਤਾਂ ਕਿਤੇ ਜਾ ਕੇ 5-7 ਮਿੰਟ 'ਚ ਬਾਡੀ ਸੈੱਟ ਹੁੰਦੀ ਹੈ ਨਾ। ਅਤੇ ਉਹ ਇੱਕ ਮੀਨੋਪੌਜ਼ ਤੋਂ ਬਾਅਦ ਹੌਟ ਫਲੱਸ਼ ਦੀ ਪ੍ਰੋਬਲਮ, ਕਈ ਲੇਡੀਜ਼ ਨੂੰ ਨਹੀਂ ਪਤਾ, ਉਹ ਘਬਰਾ ਜਾਂਦੀਆਂ ਨੇ ਵੀ ਮੈਨੂੰ ਇਹੋ ਜਿਹਾ ਕੀ ਹੋ ਗਿਆ, ਇਹ ਕੀ ਹੋਣ ਲੱਗ ਗਿਆ ਮੈਨੂੰ, ਮੈਂ ਬਚੂੰਗੀ ਕਿ ਨਹੀਂ। ਉਹ ਘਰ ਵਾਲੇ ਨੂੰ ਕਹਿਣ ਲੱਗ ਜਾਂਦੀਆਂ, ਮੈਂ ਤਾਂ ਥੋੜ੍ਹੇ ਦਿਨਾਂ ਦੀ ਹਾਂ, ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ। ਉਹ ਪਤਾ ਨਹੀਂ ਲੱਗਦਾ ਕਿ ਹੌਟ ਫਲੱਸ਼ ਦੀ ਪ੍ਰੋਬਲਮ, ਕੁਛ ਵੀ ਨਹੀਂ ਹੈ। 10 ਸਾਲ ਵੀ ਲੱਗਦੇ ਆ, ਕਿਸੇ ਨੂੰ 20 ਸਾਲ ਵੀ ਲੱਗਦੇ, ਇਹ ਚੱਲੀ ਜਾਂਦੀ ਹੈ, ਹੌਲੀ ਹੌਲੀ ਆਦਤ ਪੈ ਜਾਂਦੀ ਹੈ। ਪਰ ਇਸ ਦੇ ਨਾਲ ਅਗਰ ਜ਼ਿੰਦਗੀ ਨੂੰ ਵਧੀਆ ਜਿਉਣਾ ਤਾਂ ਉਹਦੇ ਵਾਸਤੇ 11 ਵਿਨ ਕੈਪਸੂਲ ਆ, ਇਹ ਸਪੈਸ਼ਲ ਬਣਾਇਆ ਮੀਨੋਪੌਜ਼ ਤੋਂ ਪ੍ਰੋਬਲਮ ਜਿਹੜੀਆਂ ਲੇਡੀਜ਼ ਨੂੰ ਹੈ, ਉਹਨਾਂ ਵਾਸਤੇ ਹੌਟ ਫਲੱਸ਼ ਦੀ ਪ੍ਰੋਬਲਮ ਹੈ, ਸਪੈਸ਼ਲ ਇਹ ਚੀਜ਼ ਬਣੀ ਹੈ, ਤਾਂ ਕਿ ਤੁਹਾਨੂੰ ਜਿਹੜੀ ਗਰਮੀ ਲੱਗਦੀ ਆ, ਗਰਮ ਚੀਜ਼ਾਂ ਮਤਲਬ ਇੱਕਦਮ ਤੁਹਾਨੂੰ ਬੁਰੀਆਂ ਲੱਗਣ ਲੱਗ ਗਈਆਂ, ਉਹ ਚੀਜ਼ ਲਈ, ਜਿਵੇਂ ਰਾਤ ਨੂੰ ਕਈ ਵਾਰੀ ਉੱਠ ਉੱਠ ਕੇ ਆਈਸਕ੍ਰੀਮ ਖਾਣੀ ਪੈਂਦੀ ਹੈ ਨਾ ਜੀ, ਜਦੋਂ ਹੌਟ ਫਲੱਸ਼ ਹੁੰਦਾ ਤਾਂ ਤੁਹਾਨੂੰ ਵੀ ਪਤਾ, ਰਾਤ ਨੂੰ ਕੌਲੀ ਭਰ ਭਰ ਕੇ ਆਈਸਕ੍ਰੀਮ ਖਾ ਜਾਓ, ਬਰਫ਼ ਖਾ ਜਾਓ, ਬਰਫ਼ ਦਾ ਪਾਣੀ ਪੀ ਜਾਓ। ਕਈ ਵਾਰੀ ਨਵੰਬਰ ਦਸੰਬਰ 'ਚ ਵੀ ਇਹ ਹਾਲ ਹੁੰਦਾ, ਰਜਾਈ ਲਾ ਕੇ ਪਰੇ ਮਾਰਨੀ ਲੇਡੀਜ਼ ਨੇ, ਖੁਦ ਮੈਨੂੰ ਜਿਵੇਂ ਦੱਸਦੀਆਂ ਆ ਕੇ, ਤਾਂ ਉਹਨਾਂ ਨੂੰ ਅਸੀਂ ਸਿਰਫ 11 ਬਿਨ ਦਿੰਦੇ ਹਾਂ, ਅਤੇ ਇੱਕ 11 ਬਿਨ ਕੈਪਸੂਲ ਦਿੰਦੇ ਹਾਂ, ਇੱਕ ਨਾਰੀਗਜ ਕੇਸਰੀ ਕੈਪਸੂਲ ਦਿੰਦੇ ਹਾਂ। ਨਾਰੀਗਜ ਕੇਸਰੀ ਕੈਪਸੂਲ ਜਿਹੜਾ ਹੈਗਾ, ਇਹ ਜਿਵੇਂ ਪੁਰਸ਼ਾਂ ਲਈ ਅਸੀਂ X+ ਗੋਲਡ ਬਣਾਇਆ, ਉਹਦਾ ਲੇਡੀਜ਼ ਵਾਸਤੇ ਹੈ ਨਾਰੀਗਜ ਕੇਸਰੀ। ਇਹ ਤੁਹਾਡੇ ਮੂਡ ਨੂੰ ਫਰੈਸ਼ ਕਰਦਾ, ਤੁਹਾਨੂੰ ਰੋਮੈਂਟਿਕ ਰੱਖਦਾ ਔਰ ਤੁਹਾਨੂੰ ਖੁਸ਼ ਰੱਖਦਾ। ਇਹ ਕੈਪਸੂਲ ਅਸੀਂ ਨਾਲ ਦੇ ਦਿੰਦੇ ਹਾਂ 11 ਬਿਨ ਦੇ, ਤਾਂ ਕਿ ਬਹੁਤ ਵਧੀਆ ਮੂਡ ਰਹੇ। ਦੂਸਰਾ, ਇੱਕ ਜਿਹੜਾ ਸਿਰ ਦਰਦ ਹਰ ਵਕਤ ਰਹਿੰਦਾ, ਸਾਡੀਆਂ ਭੈਣਾਂ ਕਈ ਵਾਰੀ ਕਹਿੰਦੇ ਵੀਰੇ ਇੰਨਾ ਸਿਰ ਦਰਦ ਹੁੰਦਾ, ਮਾਈਗ੍ਰੇਨ ਦਾ ਅਟੈਕ ਆ ਜਾਂਦਾ, ਜਦੋਂ ਤੱਕ ਉਲਟੀ ਨਹੀਂ ਕਰ ਲੈਂਦੇ ਉਦੋਂ ਤੱਕ ਚੈਨ ਨਹੀਂ ਪੈਂਦਾ, ਹਨੇਰਾ
ਕਰ ਲਓ, ਚਾਨਣ ਬੁਰਾ ਲੱਗਦਾ, ਰੋਸ਼ਨੀ ਤੋਂ ਐਂ ਬੁਰੀ ਲੱਗਦੀ ਹੈ, ਮਤਲਬ ਫਿਰ ਉਸ ਟਾਈਮ ਕਿਸੇ ਨਾਲ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ। ਉਹਨਾਂ ਵਾਸਤੇ ਬਣਿਆ ਬ੍ਰੇਨ ਡੋਜ਼ ਕੈਪਸੂਲ। ਬ੍ਰੇਨ ਡੋਜ਼ ਮਤਲਬ ਕਿ ਦਿਮਾਗ ਨੂੰ ਤੰਦਰੁਸਤ ਰੱਖਣ ਦੀ ਡੋਜ਼। ਕੀ ਪਾਇਆ ਇਹਦੇ 'ਚ? ਅਸ਼ਵਗੰਧ, ਪਰਵਾਲ ਪਿਸ਼ਤੀ, ਮੁਕਤਾ ਸ਼ਕਤੀ ਪਿਸ਼ਤੀ ਅਤੇ ਇੱਕ ਗੁਦੰਤੀ ਭਸਮ। ਫਿਰ ਨਾਲ ਇਹਦੇ 'ਚ ਪਾਈ ਗਈ ਸਪਤਾ ਅੰਮ੍ਰਿਤ ਲਓ, ਬ੍ਰਹਮੀ ਬ੍ਰਿਤ ਗੋਲਡ ਵਾਲੀ ਗੋਲੀ। ਤਾਂ ਇਹ ਜਾ ਕੇ ਕਿਤੇ ਇੱਕ ਐਸਾ ਬ੍ਰੇਨ ਡੋਜ਼ ਬਣਿਆ ਕੋਂਬੀਨੇਸ਼ਨ ਦੇ ਵਿੱਚ ਕਿ ਜਿਹਨੂੰ ਵੀ ਦਿੱਤਾ ਉਹ ਕਹਿੰਦੇ ਵੀਰ ਜੀ ਦੋ ਤਿੰਨ ਮਹੀਨਿਆਂ ਖਾਧਾ ਹੈ ਔਰ ਹੁਣ ਅਸੀਂ ਭੁੱਲ ਹੀ ਗਏ ਕਿ ਕਦੇ ਦਿਮਾਗ 'ਚ ਦਰਦ ਵੀ ਹੁੰਦਾ, ਕਦੇ ਸਿਰ 'ਚ ਦਰਦ ਵੀ ਹੁੰਦਾ, ਕਿਉਂਕਿ ਇਹ ਬ੍ਰੇਨ ਦੀਆਂ ਨਸਾਂ ਨੂੰ ਲੁਬਰੀਕੇਟ ਕਰਕੇ ਉਹਨਾਂ ਦੀ ਜਿਹੜੀ ਸਵੈਲਿੰਗ ਆ ਉਹ ਖਤਮ ਕਰ ਦਿੰਦਾ ਔਰ ਮਾਈਗ੍ਰੇਨ ਦਾ ਅਟੈਕ ਆਉਣਾ ਬੰਦ ਹੋ ਜਾਂਦਾ। ਇਹ ਇਹਦਾ ਸਭ ਤੋਂ ਵੱਡਾ ਫਾਇਦਾ। ਔਰ ਇੱਕ ਚੀਜ਼ ਹੋਰ ਮੈਂ ਦੱਸਦਾ, ਇਹਦੇ ਨਾਲ ਅਸੀਂ ਪਾਊਡਰ ਦਿੰਦੇ ਹਾਂ ਇੱਕ ਅਸ਼ਵ ਅੰਮ੍ਰਿਤ ਪਾਊਡਰ, ਬੇਸ ਉਹਦਾ ਅਸ਼ਵਗੰਧ ਦਾ, ਅਸ਼ਵ ਅੰਮ੍ਰਿਤ ਸ਼ਤਾਵਰ ਉਹਦੇ ਵਿੱਚ ਪਈਆਂ ਨੇ ਕਈ ਚੀਜ਼ਾਂ, ਉਹ ਅਸੀਂ ਨਾਲ ਪ੍ਰੋਵਾਈਡ ਕਰਦੇ ਹਾਂ ਜਿਹੜੇ ਮਾਤਾ ਭੈਣਾਂ ਨੂੰ ਬ੍ਰੇਨ ਦੇ ਵਿੱਚ ਦਰਦ ਹੁੰਦਾ। ਔਰ ਨਾਲ ਉਹਨਾਂ ਨੂੰ ਇੱਕ ਕਰੀਮ ਦਿੰਦੇ ਹਾਂ ਅਸੀਂ, ਸਾਡੀ ਹੈ ਤਾਂ ਇਹ ਕਾਲਾ ਗੂੰਦ ਜੈੱਲ। ਕਾਲਾ ਗੂੰਦ ਜੈੱਲ ਜਿਹੜੀ ਆ, ਜਿਵੇਂ ਗੋਡਿਆਂ 'ਚ ਦਰਦ ਹੈ, ਮੋਢਿਆਂ 'ਚ ਦਰਦ ਹੈ, ਬੈਕ ਅਤੇ ਰੀੜ੍ਹ ਦੀ ਹੱਡੀ 'ਚ ਦਰਦ ਹੈ, ਮੋਰਾਂ 'ਚ ਦਰਦ ਹੁੰਦਾ, ਜਿਵੇਂ ਸਰਵਾਈਕਲ ਦਾ ਦਰਦ ਕਹਿ ਲਓ, ਜਾਂ ਸਾਨੂੰ ਮਾਈਗ੍ਰੇਨ ਆ ਮੱਥੇ 'ਤੇ ਲਾ ਲਓ, ਪੁੜਪੜੀ 'ਤੇ ਲਾ ਲਓ, ਇਹ ਕਣਕ ਦੇ ਦਾਣੇ ਜਿੰਨੀ ਕੁ ਲਾ ਦਿਓ ਦਰਦ ਤੁਰੰਤ ਬੰਦ ਹੋ ਜਾਂਦਾ। ਇਹ ਵਾਕਈ ਪਰਮਾਤਮਾ ਦੀ ਬਹੁਤ ਵੱਡੀ ਖੇਡ ਹੈ ਜਿਹੜੀ ਇਹ ਚੀਜ਼ ਬਣੀ ਹੈ ਉਹਦੇ ਵਿੱਚੋਂ। ਤਾਂ ਇਹ ਇੱਕ ਬੋਡੀ ਦੇ ਹਰ ਅੰਗ ਨੂੰ ਤਾਕਤ ਦੇਣ ਵਾਸਤੇ, ਹਰ ਅੰਗ ਨੂੰ ਕਹਿ ਲਓ ਕਿ ਦਰਦ ਨਿਵਾਰਨ, ਅਗਰ ਨਾਲ ਅਸੀਂ ਇਹ ਦੇ ਦਿੰਦੇ ਹਾਂ ਤਾਂ ਬਹੁਤ ਫਾਇਦਾ ਇਹਦਾ ਮਿਲਦਾ। ਔਰ ਇੱਕ ਸਾਡੀ ਇਹ ਮੈਂ ਸਾਰਾ ਆਪਣੀਆਂ ਭੈਣਾਂ ਲਈ ਪ੍ਰੋਗਰਾਮ ਲੈ ਕੇ ਆਇਆ, ਉਹਨਾਂ ਨੂੰ ਇਹ ਦੱਸ ਰਿਹਾ ਔਰ ਬਹੁਤ ਗੌਰ ਨਾਲ ਤੁਸੀਂ ਇਹਨੂੰ ਨੋਟ ਕਰ ਲਿਓ। ਕੋਈ ਗੱਲ ਨਾ ਸਮਝ ਆਵੇ ਤਾਂ ਵੈਬਸਾਈਟ 'ਤੇ ਚਲੇ ਜਾਈਓ, ਮੈਂ ਤੁਹਾਨੂੰ ਵੈਬਸਾਈਟ ਪ੍ਰਿੰਟ ਕੀਤੀ ਹੋਈ ਹੈ ਸਕਰੀਨ 'ਤੇ, ਹਰ ਚੀਜ਼ ਤੁਸੀਂ ਸਿਰਫ ਉਹਦੇ ਵਿੱਚ ਜਾ ਕੇ ਲਿਖਣਾ ਕਿ ਵੂਮੈਨ ਟ੍ਰੀਟਮੈਂਟ ਜਿਹੜਾ ਹੈਗਾ ਉਹ, ਉਹਦੇ 'ਚੋਂ ਤੁਹਾਨੂੰ ਪੜ੍ਹ ਕੇ ਪਤਾ ਲੱਗ ਜੂਗਾ ਕੀ ਪ੍ਰੋਬਲਮ ਨੇ, ਕੀ ਆਪਾਂ ਉਹਦੇ ਲਈ ਕਰ ਸਕਦੇ ਹਾਂ। ਹੁਣ ਸਾਰਿਆਂ ਤੋਂ ਵੱਡੀ ਪ੍ਰੋਬਲਮ ਸਾਡੀਆਂ ਮਾਤਾ ਭੈਣਾਂ ਦੀ ਇੱਕ ਹੋਰ ਹੈ, ਉਹ ਹੈ ਮੂੰਹ 'ਚੋਂ ਦੁਰਗੰਧ, ਬਦਬੂ ਆਉਣੀ, ਜੀਭ ਖਰਾਬ ਰਹਿਣੀ ਔਰ ਜ਼ਿਆਦਾਤਰ ਦੰਦਾਂ ਦੇ ਵਿੱਚ ਪਸ ਪੈ ਜਾਣੀ, ਦੰਦ ਦਰਦ ਕਰਨੇ, ਦੰਦ ਖਰਾਬ ਹੋ ਜਾਣੇ, ਉਹਦੇ ਵਾਸਤੇ ਡੈਂਟਿਥ ਪਾਊਡਰ ਹੈ। ਡੈਂਟਿਥ ਪਾਊਡਰ ਜਿਹੜਾ ਹੈਗਾ ਇਹਦੇ ਵਿੱਚ ਮੇਨ ਬੇਸ ਦਿੱਤਾ ਅਕਰਕਰਾ। ਅਕਰਕਰਾ ਬਹੁਤ ਹੀ ਕਰੰਟਦਾਰ ਜਿਹੜੀ ਬੂਟੀ ਹੈ ਇਹ, ਜਿਹਨੂੰ ਆਪਾਂ ਮੂੰਹ ਦੇ ਵਿੱਚ ਮਾਲਿਸ਼ ਕਰ ਲਈਏ 15-20 ਮਿੰਟ ਤੱਕ ਕੋਈ ਚੀਜ਼ ਖਾਣ ਨੂੰ ਜੀ ਨਹੀਂ ਕਰਦਾ, ਇੰਨਾ ਸਵਾਦ ਹੋ ਜਾਂਦਾ, ਮੂੰਹ ਦਾ ਸਵਾਦ ਖਰਾਬ ਹੋ ਚੁੱਕਾ ਔਰ ਜੀਭ ਸਾਫ਼ ਕਰਦਾ, ਮੂੰਹ 'ਚੋਂ ਦੁਰਗੰਧ ਆਉਂਦੀ ਉਹਨੂੰ ਖਤਮ ਕਰ ਦਿੰਦਾ, ਬਹੁਤ ਗੁੱਡ ਮੂੰਹ ਦੇ ਵਿੱਚੋਂ ਸਮੈਲ ਖੁਸ਼ਬੂ ਆਉਣ ਲੱਗ ਜਾਂਦੀ ਆ। ਇਹ ਡੈਂਟਿਥ ਪਾਊਡਰ ਹੈ, ਇਹਦੀ ਐਸੀ ਆਦਤ ਪੈਂਦੀ ਹੈ ਕਿ ਮਟਰ ਦੇ ਦਾਣੇ ਜਿੰਨਾ ਕੁ ਟੁੱਥਬਰੱਸ਼ ਦੇ ਉੱਤੇ ਲਗਾ ਲਓ, ਲਗਾ ਕੇ ਥੋੜ੍ਹਾ ਜਿਹਾ ਬਰੱਸ਼ ਕਰਨਾ ਸਵੇਰੇ ਸਵੇਰੇ, ਤੁਹਾਨੂੰ ਆਦਤ ਪੈ ਜਾਂਦੀ ਹੈ ਵੀ ਆਪਾਂ ਇਹੀ ਬਰੱਸ਼ ਕਰਨਾ, ਸਾਰੇ ਪੇਸਟ ਭੁੱਲ ਜਾਂਦਾ ਇਨਸਾਨ, ਕਿਉਂਕਿ ਇਹ ਕੁਦਰਤੀ ਚੀਜ਼ਾਂ ਤੋਂ ਬਣਿਆ ਹੋਇਆ ਇੱਕ ਡੈਂਟਿਥ ਪਾਊਡਰ ਹੈ, ਬੜਾ ਥੋੜ੍ਹਾ ਜਿਹਾ ਮਾਤਰਾ 'ਚ ਯੂਜ਼ ਕਰਨਾ ਹੁੰਦਾ। ਫਿਰ ਅਸੀਂ ਦਿੱਤਾ ਇੱਕ GL 13 ਮਿੰਟ, 13 ਇਹਦੇ 'ਚ ਬਾਬਾ ਨਾਨਕ ਜੀ ਦਾ ਆਸ਼ੀਰਵਾਦ, GL ਦਾ ਮਤਲਬ ਗੋਇਲ ਤੁਹਾਡਾ ਭਰਾ, ਇਹ ਨਾਮ ਰਜਿਸਟਰਡ ਕਰਾਇਆ GL 13 ਵਿਨ, ਵਿਨ ਤੁਸੀਂ ਸਾਰੇ ਹੀ ਹੋ, ਵਿਨਰ ਜੀ ਨੇ ਖਾ ਲਿਆ। ਇਹ ਇੱਕ ਨਾ ਮਲਟੀ ਟਾਈਪ ਆਫ ਮਲਟੀ ਪ੍ਰੋਬਲਮਸ ਦੇ ਵਿੱਚ ਫਾਇਦਾ ਕਰਦਾ, ਜਿਵੇਂ ਇਹਦੇ ਵਿੱਚ ਓਮੇਗਾ 3 ਐਸਿਡ, ਉਸ ਤੋਂ ਬਾਅਦ ਇਹਦੇ ਵਿੱਚ ਜਿੰਕ ਹੈ ਔਰ ਜਿਨਸਿੰਗ ਹੈ ਔਰ ਬਹੁਤ ਸਾਰੇ ਮਿਨਰਲ ਵਿਟਾਮਿਨ ਤੋਂ ਬਣਿਆ। ਔਰ ਜਿੰਨਾ ਵੀ ਸਰੀਰ ਦੇ ਵਿੱਚ ਵੀਕਨੈਸ ਆ, ਮੈਂ ਕਹਿੰਦਾ ਹੁੰਦਾ ਸਾਰੀਆਂ ਭੈਣਾਂ ਨੂੰ ਵੀ ਇੱਕ ਕੈਪਸੂਲ ਡੇਲੀ ਖਾ ਲਿਆ ਕਰੋ, 12 ਮਹੀਨੇ 30 ਦਿਨ ਖਾਓ, ਸਭ ਤੋਂ ਵਧੀਆ ਚੀਜ਼ ਹੈ ਔਰ ਇਹ ਤੁਹਾਡੇ ਸਰੀਰ 'ਚ ਕੋਈ ਵੀਕਨੈਸ ਆਉਣ ਹੀ ਨਹੀਂ ਦਊਗਾ।
ਕਦੀ ਕਮਜ਼ੋਰੀ ਨਹੀਂ ਆਊਗੀ, ਕਦੀ ਵਾਲ ਨਹੀਂ ਝੜਨਗੇ, ਅੱਖਾਂ ਵੀਕ ਨਹੀਂ ਹੁੰਦੀਆਂ, ਕਦੀ ਦੰਦਾਂ 'ਚ ਕਮਜ਼ੋਰੀ ਨਹੀਂ ਆਊਗੀ, ਹੱਡੀਆਂ 'ਚ ਕਮਜ਼ੋਰੀ ਨਹੀਂ ਆਊਗੀ, ਕਿਉਂਕਿ ਓਮੇਗਾ 3 ਬੈਸਟ। ਔਰ ਨਾਲ ਇਹਦੇ ਹੋਰ ਜਿਹੜੀਆਂ 20 ਚੀਜ਼ਾਂ 20-22 ਚੀਜ਼ਾਂ ਹੋਰ ਪਈਆਂ ਹੋਈਆਂ ਨੇ, ਤਾਂ ਕਿ ਆਪਣੀ ਬੋਡੀ ਦੇ ਵਿੱਚ ਜਿੰਨੇ ਵੀ ਮਿਨਰਲ ਵਿਟਾਮਿਨ ਦੀ ਘਾਟ ਹੈ, ਵਿਟਾਮਿਨ ਏ, ਬੀ, ਸੀ, ਵਿਟਾਮਿਨ ਡੀ ਅੱਜ ਕੱਲ੍ਹ ਬਹੁਤ ਘੱਟ ਰਿਹਾ ਉਹਨੂੰ ਪੂਰਾ ਕਰੂਗਾ, B12 ਦੀ ਮਾਤਰਾ ਬਹੁਤ ਘੱਟ ਰਹੀ ਹੈ ਉਹਨੂੰ ਪੂਰਾ ਕਰੂਗਾ, ਔਰ ਜੇ ਚੀਜ਼ਾਂ ਪੂਰਤੀ ਹੋ ਜਾਂਦੀ ਆ ਤਾਂ ਦਰਦ ਦੁਰਦ ਆਪੇ ਗਾਇਬ ਹੋ ਜਾਂਦੇ ਨੇ ਔਰ ਸਕਿੱਨ ਜਿਹੜੀ ਆ ਉਹ ਬਹੁਤ ਖੂਬਸੂਰਤ ਹੋ ਜਾਂਦੀ ਆ। ਹੁਣ ਮੈਂ ਗੱਲ ਕਰੂੰਗਾ ਸਾਡੀਆਂ ਉਹਨਾਂ ਭੈਣਾਂ ਦੀ ਜਿਨ੍ਹਾਂ ਨੂੰ ਨਾ ਵਿਆਹ ਦੇ ਨੇੜੇ ਜੇ ਜਾ ਕੇ ਬੜਾ ਫਿਕਰ ਪੈਂਦਾ। ਪਹਿਲਾਂ ਮਾਪੇ ਜੋ ਮਰਜ਼ੀ ਕਹੀ ਜਾਣ, ਜਦੋਂ ਵਿਆਹ ਨੇੜੇ ਜੇ ਆਉਂਦਾ ਫਿਰ ਕਹਿਣਗੇ ਵੀ ਮੇਰੀ ਸਿਹਤ ਨਹੀਂ ਠੀਕ ਬਣ ਰਹੀ, ਮੇਰੀ ਕੱਦ ਨਹੀਂ ਠੀਕ ਨਿਕਲ ਰਿਹਾ, ਮੈਨੂੰ ਐਂ ਨਹੀਂ ਹੋ ਰਿਹਾ, ਔਰ ਨਹੀਂ ਹੋ ਰਿਹਾ। ਉਹਨਾਂ ਲਈ ਬਹੁਤ ਬੈਸਟ ਜਿਹੜਾ ਹੈਗਾ ਰੈੱਡ ਬੁਲਬੁਲ ਜਿਹੜਾ ਸਾਡਾ ਸੀਰਪ ਹੈ, ਬਹੁਤ ਰਿਜ਼ਲਟ ਵਧੀਆ ਕਰਦਾ। ਉਹਨਾਂ ਨੂੰ ਮੈਂ ਕਦੀ ਵੀ ਮੁਟਿਆਰ ਪਾਊਡਰ ਦੇਣ ਦੀ ਸਲਾਹ ਨਹੀਂ ਦਿੰਦਾ, ਰੈੱਡ ਬੁਲਬੁਲ ਉਹਨਾਂ ਨੂੰ ਦੇਈਦਾ। ਅਤੇ ਇੱਕ ਉਹਨਾਂ ਨੂੰ ਅਸੀਂ ਧੁੰਨੀ ਦੇ ਵਿੱਚ ਲਾਉਣ ਵਾਲਾ ਤੇਲ ਵੀ ਪ੍ਰੋਵਾਈਡ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਪੂਰਾ ਨਾਭੀ ਸਿਸਟਮ ਜਿਹੜਾ ਹੈਗਾ, ਨਾੜੀ ਸਿਸਟਮ ਜਿਹੜਾ ਹੈਗਾ ਉਹ ਠੀਕ ਹੋ ਜਾਂਦਾ, ਔਰ ਉਹਦੇ ਨਾਲ ਸਰੀਰ 'ਚ ਲਚਕ ਆਉਂਦੀ ਹੈ, ਖਾਧਾ ਪੀਤਾ ਲੱਗਦਾ। ਅਤੇ ਨਾਲ ਹੀ ਅਸੀਂ ਇੱਕ ਇਹ ਦਿੱਤਾ ਹੈਗਾ ਬੈਸਟ ਆਇਲ, ਨਾਰੀ ਫਿੱਟ ਬੈਸਟ ਆਇਲ, ਜਿਨ੍ਹਾਂ ਦਾ ਫਿਗਰ ਬਹੁਤ ਲੋਅ ਰਹਿ ਜਾਂਦਾ ਬਾਡੀ ਫਿਗਰ, ਉਹਨਾਂ ਭੈਣਾਂ ਵਾਸਤੇ, ਉਹਨਾਂ ਬੱਚੀਆਂ ਵਾਸਤੇ ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ। ਇਹਦੀਆਂ ਸਿਰਫ 2-4 ਬੂੰਦਾਂ ਹੀ ਉਹ ਪੁਆਇੰਟ ਦੱਸੇ ਜਾਂਦੇ ਨੇ ਸਾਡੇ ਲੇਡੀ ਡਾਕਟਰ ਵੱਲੋਂ, ਸਾਡੇ ਲੇਡੀ ਸਟਾਫ ਵੱਲੋਂ, ਕਿ ਕਿਹੜੇ ਕਿਹੜੇ ਪੁਆਇੰਟ 'ਤੇ ਇਹਨੂੰ ਯੂਜ਼ ਕਰਨਾ ਬਾਡੀ 'ਤੇ, ਤਾਂ ਇਹਨੂੰ ਜਦੋਂ ਤੁਸੀਂ ਯੂਜ਼ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੇ ਔਰਗਨਸ ਸਾਡੇ ਵੀਕ ਸੀਗੇ ਉਹਨਾਂ ਦੇ ਵਿੱਚ ਕਿੰਨੀ ਤਾਕਤ ਆ ਰਹੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਤੁਹਾਨੂੰ ਦੱਸ ਪਾਇਆ, ਔਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੱਸਣੋਂ ਰਹਿ ਵੀ ਗਏ, ਔਰ ਜਿਹੜੇ ਸਵਾਲ ਤੁਹਾਡੇ ਮਨ 'ਚ ਹੋਣ ਤਾਂ ਉਹ ਤੁਸੀਂ ਜਾ ਕੇ ਸਾਨੂੰ ਵੈਬਸਾਈਟ 'ਤੇ ਸਾਡੀ 'ਤੇ ਜਾ ਕੇ ਉਹ ਮੈਸੇਜ ਦੇ ਸਕਦੇ ਹੋ, ਸਾਡੀ ਈਮੇਲ 'ਤੇ ਮੈਸੇਜ ਕਰ ਸਕਦੇ ਹੋ, ਤੁਹਾਨੂੰ ਰਿਪਲਾਈ ਆਊਗਾ, ਜਾਂ ਜਿਹੜੇ ਨੰਬਰ ਉਹਦੇ 'ਚ ਦਿੱਤੇ ਗਏ ਆ ਉਹਨਾਂ ਨੂੰ ਸੇਵ ਕਰ ਲਓ ਵਟਸਐਪ 'ਤੇ, ਉੱਥੇ ਵਟਸਐਪ ਕਰ ਦਿਓ ਕਿ ਵੋਇਸ ਮੈਸੇਜ ਕਰਕੇ ਹੀ ਚਾਹੇ ਕਰ ਦਿਓ ਕਿ ਆਹ ਪ੍ਰੋਬਲਮ ਹੈ ਵੀਰੇ ਸਾਨੂੰ ਇਹਦੇ ਬਾਰੇ ਦੱਸੋ, ਤਾਂ ਤੁਹਾਨੂੰ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਊਗੀ। ਔਰ ਤੁਸੀਂ ਇਹ ਪ੍ਰੋਗਰਾਮ ਨੂੰ ਹੁਣ ਤੱਕ ਦੇਖਿਆ ਤਾਂ ਇਹ ਮੈਨੂੰ ਲੱਗਦਾ ਕਿ ਤੁਸੀਂ ਕੁਝ ਜਾਣਨਾ ਜ਼ਰੂਰ ਚਾਹੁੰਦੇ ਸੀਗੇ, ਜੇ ਤਾਂ ਜਾਣਕਾਰੀ ਤੁਹਾਨੂੰ ਮਿਲ ਗਈ, ਤੁਹਾਡੀ ਗੱਲ ਦਾ ਜਵਾਬ ਮਿਲ ਗਿਆ ਤਾਂ ਠੀਕ ਆ, ਨਹੀਂ ਮਿਲਿਆ ਤਾਂ ਤੁਸੀਂ ਸਾਡੀ ਵੈਬਸਾਈਟ ਜਿਹੜੀ ਆ www. ਉਹਦੇ ਉੱਤੇ ਜਾ ਕੇ ਚੈਪਟਰ ਖੋਲ੍ਹ ਲਿਓ, ਉਹਦੇ ਵਿੱਚ ਤੁਹਾਨੂੰ ਸਾਰਾ ਜਿਹੜਾ ਲੇਡੀ ਹੈਲਥ ਦਾ ਚੈਪਟਰ ਆ ਉਹਨੂੰ ਖੋਲ੍ਹੋਗੇ ਤਾਂ ਉਹਦੇ 'ਚ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਨੇ ਉਹਦੇ ਬਾਰੇ ਵੀ ਪਤਾ ਲੱਗੇਗਾ, ਜਾਣਕਾਰੀ ਮਿਲੇਗੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਮਝ ਗਏ ਹੋ ਕਿ ਆਪਣਾ ਆਪ ਦਾ ਧਿਆਨ ਰੱਖਣਾ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ। ਸੋ ਅੱਗੋਂ ਹੋਰ ਜ਼ਿਆਦਾ ਤੁਹਾਨੂੰ ਐਨਰਜੀ ਫੀਲ ਹੋਵੇ ਹਰ ਕੰਮ ਨੂੰ ਲੈ ਕੇ, ਔਰ ਮਨ ਦੇ ਵਿੱਚ ਜਿਹੜੀ ਉਦਾਸੀ ਛਾ ਗਈ ਆ ਉਹ ਕਿਤੇ ਨਾ ਕਿਤੇ ਨਤੀਜਾ ਹੁੰਦਾ ਸਾਡੀ ਡਾਇਟ ਦਾ ਸਹੀ ਨਾ ਹੋਣਾ ਜਾਂ ਅਸੀਂ ਆਪਣਾ ਧਿਆਨ ਨਹੀਂ ਰੱਖ ਰਹੇ। ਸੋ ਤੁਹਾਡੇ ਮਨ ਵਿੱਚ ਖੁਸ਼ੀ ਵੀ ਜਾਗੇਗੀ, ਤੁਹਾਨੂੰ ਸਭ ਕੁਝ ਜੋ ਹੈ ਗੁੱਸਾ ਵੀ ਜ਼ਿਆਦਾ ਨਹੀਂ ਆਏਗਾ, ਸਭ ਕੁਝ ਚੰਗਾ ਵੀ ਲੱਗੇਗਾ, ਕੰਮ ਤੁਸੀਂ ਹੋਰ ਜ਼ਿਆਦਾ ਐਨਰਜੀ ਦੇ ਨਾਲ ਕਰ ਸਕੋਗੇ, ਔਰ ਤੁਹਾਡੇ ਸਰੀਰ ਵਿੱਚ ਤੁਹਾਡੇ ਚਿਹਰੇ 'ਤੇ ਇੱਕ ਰੌਣਕ ਵੀ ਹਮੇਸ਼ਾ ਰਹੇਗੀ। ਤਾਂ ਉਸਦੇ ਲਈ ਜੋ ਗੱਲਾਂ ਸੁਭਾਸ਼ ਗੋਇਲ ਜੀ ਨੇ ਕਹੀਆਂ ਇਹਨਾਂ ਸਭ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਕਰਨਾ। ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣੇ ਸਵਾਲ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਜਾਂ ਫਿਰ ਮੇਰੀ ਈਮੇਲ ਆਈਡੀ ਹੈ ਜੀ healthadvicewithharjotkaur@gmail.com, ਇਸ ਦੇ ਉੱਪਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਕਿ ਅੱਗੋਂ ਹੋਰ ਕਿਹੜੇ ਕਿਹੜੇ ਵਿਸ਼ਿਆਂ ਦੇ ਉੱਪਰ ਅਸੀਂ ਵੀਡੀਓ ਲੈ ਕੇ ਆਈਏ, ਹੋਰ ਜਾਣਕਾਰੀ ਤੁਹਾਡੇ ਸਾਰੇ ਨਾਲ ਸਾਂਝੀ ਕਰੀਏ। ਸੋ ਅਗਰ
ਅਗਰ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।